ਪਿਸਤੌਲ ਦੀ ਨੋਕ ਦੇ ਉੱਤੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਅੱਧੀ ਰਾਤ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਇੱਕ ਪਰਿਵਾਰ ਦਾ ਮੈਂਬਰ ਬਾਥਰੂਮ ਕਰਕੇ ਆਪਣੇ ਕਮਰੇ ਦੇ ਵਿੱਚ ਗਿਆ ਤੇ ਉਹ ਕੁੰਡੀ ਲਾਉਣਾ ਭੁੱਲ ਗਿਆ, ਪਰ ਪਿੱਛੋਂ ਨਾਲ ਦੀ ਨਾਲ 5 ਤੋਂ 7 ਬੰਦੇ ਅੰਦਰ ਆਉਂਦੇ ਨੇ ਤੇ ਆਉਂਦੇ ਸਾਰ ਹੀ ਉਹਨਾਂ ਨੂੰ ਹਥਿਆਰ ਦਿਖਾਏ ਜਾਂਦੇ ਨੇ। ਹਥਿਆਰ ਦਿਖਾਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਹੀ ਬੰਦੀ ਬਣਾ ਲਿਆ ਜਾਂਦਾ। ਬੰਦੀ ਬਣਾਉਣ ਤੋਂ ਬਾਅਦ ਜੋ ਵੀ ਕੈਸ਼ ਸੋਨਾ ਹੁੰਦਾ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ 3-4 ਕਮਰਿਆਂ ਦੀ ਤਲਾਸ਼ੀ ਲਈ ਲੁਟੇਰਿਆਂ ਨੇ ਤੇ ਘਰ ਦੇ ਵਿੱਚ ਪਿਆ 9 ਲੱਖ ਰੁਪਏ ਕੈਸ਼ ਅਤੇ 15 ਤੋਲੇ ਸੋਨਾ, 12 ਬੋਰ ਦਾ ਜੋ ਪਿਸਤੌਲ ਸੀ ਉਹ ਵੀ ਆਪਣੇ ਨਾਲ ਲੈ ਗਏ ਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਜੋ ਜ਼ਿੰਦਾ ਕਾਰਤੂਸ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਹੱਥ ਸਾਫ਼ ਕੀਤਾ। ਤਾਂ ਫਿਰੋਜ਼ਪੁਰ ਦੇ ਵਿੱਚ ਇਹ ਡਾਕਾ ਜੋ ਹੈ ਘਰ ਦੇ ਵਿੱਚ ਮਾਰਿਆ ਗਿਆ, 15 ਤੋਲੇ ਸੋਨਾ ਅਤੇ 9 ਲੱਖ ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ। ਦੱਸ ਦਈਏ ਕਿ ਹਥਿਆਰਾਂ ਦੇ ਦਮ ਦੇ ਉੱਤੇ ਪੂਰੇ ਪਰਿਵਾਰ ਨੂੰ ਪਹਿਲਾਂ ਤਾਂ ਘਰ 'ਚ ਦਾਖਲ ਹੋ ਕੇ ਬੰਦੀ ਬਣਾਇਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਫਿਲਹਾਲ ਪਰਿਵਾਰ ਨੇ ਪੁਲਿਸ ਨੂੰ ਵੀ ਇਸ ਵਾਰਦਾਤ ਦੀ ਸੂਚਨਾ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਅਤੇ ਮੌਕੇ ਦੇ ਉੱਤੇ ਪਹੁੰਚ ਕੇ ਘਟਨਾ ਸਥਲ 'ਤੇ ਜਾਇਜ਼ਾ ਲਿਆ ਜਾ ਰਿਹਾ ਅਤੇ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਸਾਰੇ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਲੱਖੋਗੇ ਬਰਾਮ ਪਿੰਡ ਦੇ ਵਿੱਚ ਇੱਕ ਢਾਣੀ ਪੈਂਦੀ ਹੈਗੀ ਹੈ, ਜਿਹੜੀ ਰੋਡ ਤੋਂ 100 ਕੁ ਮੀਟਰ ਜਿਹੜੀ ਪਿੱਛੇ ਹੈਗੀ ਹੈ, ਅਤੇ ਢਾਣੀ ਮੇਜਾ ਸਿੰਘ ਸੋਨਾ ਬਗੀਚਾ ਸਿੰਘ ਉੱਥੇ ਇਕੱਲਾ ਹੀ ਘਰ ਇਹਨਾਂ ਦਾ, ਅਤੇ ਜਿਸ ਵੇਲੇ ਅਸੀਂ ਉਹਨੂੰ ਫੈਮਿਲੀ ਦੇ ਮੈਂਬਰ ਨੂੰ ਮਿਲੇ ਮੇਘਾ ਸਿੰਘ ਨੂੰ, ਅਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 1:30 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆ ਹੈਗਾ, ਅਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਜਿਸ ਘਰ ਕਮਰੇ ਦੇ ਅੰਦਰ ਵੜਿਆ ਅਤੇ ਮੇਰੇ ਤੋਂ ਕੁੰਡੀ ਰਹਿ ਗਈ ਅਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ, ਉਹਨਾਂ ਨੇ ਸਾਰਾ ਜਿਹੜਾ ਘਰ ਵਗੈਰਾ ਫਰੋਲਿਆ ਗਿਆ, ਇੱਕ ਜਿਹੜੇ ਸਾਰੇ ਪਰਿਵਾਰ ਦੇ ਬੰਦੇ ਇੱਕੋ ਕਮਰੇ ਉਹਨਾਂ ਨੇ ਬਿਠਾ ਲਏ, ਉਸ ਤੋਂ ਬਾਅਦ ਕਿਸੇ ਨੇ ਸਾਨੂੰ ਕੈਸ਼ ਦੇ ਦਿਉ ਅਤੇ ਕੋਈ ਹੋਰ ਚੀਜ਼ ਹੈ ਕੋਈ ਗੋਲਡ ਵਗੈਰਾ ਸਾਨੂੰ ਉਹ ਦੇ ਦਿਉ, ਉਹ ਕਹਿੰਦੇ ਸਾਡੇ ਕੋਲ ਥੋੜ੍ਹਾ ਜਿਹਾ ਸਮਾਨ ਹੈਗਾ ਅਤੇ ਉਹਨਾਂ ਨੇ ਆਪਣੇ ਆਪ ਹੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ 3-4 ਕਮਰੇ ਸੀ ਉਹ ਸਾਰੇ ਉਹਨਾਂ ਨੇ ਫੋੜ ਫਾੜ ਕੀਤੀ ਗਈ, ਤਾਂ 9 ਲੱਖ ਰੁਪਏ ਦਾ ਕੈਸ਼ ਸੀ ਅਪਰੋਕਸੀਮੇਟ, ਕੋਈ ਕਿਸੇ ਪੇਮੈਂਟ ਕਿਤੋਂ ਦੀ ਆਈ ਹੋਈ ਸੀਗੀ ਅਤੇ ਨਾਲ ਇੱਕ ਜਿਹੜਾ ਵੈਪਨ ਸੀਗਾ 12 ਬੋਰ ਦੇ ਜਿਹੜੇ ਵੈਪਨ ਸੀ ਉਹ ਨਾਲ ਲੈ ਗਏ, ਰੌਂਦ ਵੀ ਲੈ ਗਏ ਨਾਲ, ਉਹਨਾਂ ਨਾਲ ਰੌਂਦ ਲੈ ਗਏ ਨੇ, 12 ਰੌਂਦ ਸੀਗੇ ਅਤੇ ਨਾਲ ਇੱਕ 12 ਬੋਰ ਦੀ ਵੈਪਨ ਹੈਗੀ ਹੈ, ਅਪਰੋਕਸੀਮੇਟ 9 ਲੱਖ ਰੁਪਏ ਹੈਗੇ। ਪਹਿਲੀ ਤਫਤੀਸ਼ 'ਚ ਕੀ ਸਾਹਮਣੇ ਆਇਆ? ਡੋਗ ਸਕੁਆਡ ਵੀ ਜਾਂਦਾ ਗਿਆ, ਦੇਖੋ ਡੋਗ ਸਕੁਆਡ ਵੀ ਸਾਡਾ ਗਿਆ ਹੈਗਾ ਅਤੇ ਸਾਡੇ ਫਿੰਗਰ ਪ੍ਰਿੰਟ ਵਾਲੇ ਵੀ ਗਏ ਨੇ ਸਾਰੇ, ਅਤੇ CIA ਸਾਡੀ ਟੀਮ ਉਹ ਵੀ ਗਈ ਹੈਗੀ, ਜਿੰਨੇ ਸਾਡੇ ਈਵੈਂਟਸ ਨੇ ਸਾਰੇ ਉੱਥੇ ਪਹੁੰਚੇ ਨੇ ਉਸ ਵੇਲੇ, ਪਰ ਸਾਨੂੰ ਤਾਂ ਜਿਵੇਂ ਲੱਗਦਾ ਵੀ ਜਿਵੇਂ ਪੇਮੈਂਟ ਦਾ ਕਿਸੇ ਨਾ ਕਿਸੇ ਘਰ ਦੇ ਨੂੰ ਬੰਦੇ ਨੂੰ ਪਤਾ ਹੋਏਗਾ ਪੇਮੈਂਟ ਇੱਥੋਂ ਆਈ ਗਈ ਹੈ, ਜਾਂ ਇਹ ਜਿਹੜੇ ਬਜ਼ੁਰਗ ਨੇ ਇਹ 2-3 ਵਾਰੀ ਵਾਸ਼ਰੂਮ ਜਾਂਦੇ ਨੇ, ਕਿਉਂਕਿ ਉਹਦੇ ਤੋੜ ਭੰਨ ਕੋਈ ਨਹੀਂ ਹੋਈ ਗਈ, ਨਹੀਂ ਤਾਂ ਅਗਰ 6-7 ਬੰਦੇ ਹੋਣਗੇ ਤਾਂ ਉਹਨਾਂ ਨੂੰ ਹੁੰਦਾ ਵੀ ਜੇ ਚੋਰੀ ਕਰਨੀ ਹੈ ਤਾਂ ਇਕਦਮ ਅਸੀਂ ਐਂਟਰ ਕਰਕੇ ਤੋੜਾਂਗੇ ਕੁਛ ਨਾ ਕੁਛ, ਅਤੇ ਉਹਨਾਂ ਨੇ ਜਿੰਨੀ ਪਹਿਲੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਵੇਟ ਕੀਤੀ ਕਿ ਬਜ਼ੁਰਗ ਬਾਹਰ ਆਉਣਗੇ ਵਾਸ਼ਰੂਮ ਜਾਣਗੇ ਅਤੇ ਅਸੀਂ ਨਾਲ ਹੀ ਐਂਟਰ ਕਰ ਜਾਵਾਂਗੇ, ਸੋ ਤਫਤੀਸ਼ ਕਰ ਰਹੇ ਹਾਂ, ਜੋ ਬੈਸਟ ਟੂ ਬੈਸਟ ਹੋਏਗਾ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਾਂਗੇ ਜੀ।